ਬਠਿੰਡਾ ਦਾ। ਮੈਂ ਹਸਪਤਾਲ 'ਚ ਕੰਮ ਕਰ ਰਿਹਾ ਸੀ 12/6/2014 ਤੋਂ ਲੱਗਿਆ ਸੀ, ਅਤੇ ਫਿਰ ਮੇਰੀ ਡਿਊਟੀ 109 ਨੰਬਰ ਕਮਰੇ ਸੀ, ਲੈਬੋਰਟਰੀ 'ਚ ਕੰਮ ਕਰਦਾ ਜੀ। ਲੈਬ ਕਲੀਨਰ ਦੀ ਡਿਊਟੀ ਸੀ ਜੀ ਮੇਰੀ, ਵੀ ਮੈਂ 109 ਨੰਬਰ ਕਮਰੇ 'ਚ ਕੰਮ ਕਰਦਾ ਜੀ। ਉਸ ਤੋਂ ਬਾਅਦ ਜੀ ਇੱਥੇ ਡੋਪ ਟੈਸਟ ਹੋਣ ਲੱਗ ਗਏ, ਡੋਪ ਟੈਸਟ ਹੋਣ ਲੱਗ ਗਏ, ਅਤੇ ਬਾਅਦ 'ਚ ਜਦੋਂ ਪਤਾ ਲੱਗਿਆ ਇੱਥੇ ਵੀ ਸ਼ਤੀਸ਼ ਗੋਇਲ ਇਹਦੇ ਕੋਲ ਇੱਕ ਬੰਦਾ ਆਉਂਦੇ ਜਾਂਦੇ ਸੀ, ਅਤੇ ਮੈਨੂੰ ਮੈਂ ਵੀ ਬਾਹਰ ਮਾੜਾ ਮੋਟਾ ਤੁਰ ਫਿਰ ਕਰ ਲੈਂਦਾ, ਚਾਹ ਪਾਣੀ ਪੀਣੀ ਜਾਂਦਾ ਜੀ। ਸ਼ਤੀਸ਼ ਗੋਇਲ ਕੌਣ ਸੀਗਾ? ਇਹ ਸ਼ਤੀਸ਼ ਗੋਇਲ SMO ਜੀ। ਅੱਛਾ, ਇਹ ਕੀ ਉੱਥੇ ਸਿਵਲ ਹੋਸਪਿਟਲ 'ਚ ਸੀ? ਇਹ ਸਿਵਲ ਹੋਸਪਿਟਲ ਦਾ ਇੰਚਾਰਜ ਜੀ। ਅੱਛਾ ਅੱਛਾ, ਫਿਰ? ਅਤੇ ਇਹ ਹੁਣ ਡੋਪ ਟੈਸਟ ਜਿਹੜਾ ਬੰਦਾ ਕੋਈ ਨਸ਼ਾ ਪੱਤਾ ਖਾਂਦਾ ਜਾਂ ਕੋਈ ਗੋਲੀ ਜਾਂ ਕੋਈ ਪੀਣ ਖਾਂਦਾ, ਉਹ ਉਹਦੇ 'ਚ ਆ ਜਾਂਦਾ ਜੀ, ਅਤੇ ਉਹਦੇ 'ਚ ਹੁਣ ਇਹ ਪੈਸੇ ਪੂਸੇ ਲੈ ਲੈਂਦਾ ਸੀ ਜੀ, ਅਤੇ ਮੈਨੂੰ ਵੀ ਪਤਾ ਲੱਗ ਗਿਆ। ਮਗਰ ਇਹਨੂੰ ਕਿਸੇ ਨੇ ਉਂਗਲ ਲਾ ਦਿੱਤੀ ਜੀ, ਇਹ ਪੈਸੇ ਤੁਹਾਡੀ ਬਦਨਾਮੀ ਕਰਦਾ ਵੀ ਪੈਸੇ ਲੈਂਦਾ ਇਸ ਸਮੇਂ। ਨਹੀਂ, ਕੌਣ ਲੈਂਦਾ ਸੀ ਪੈਸੇ? ਇਹ ਸ਼ਤੀਸ਼ ਗੋਇਲ ਹੀ ਲੈਂਦਾ ਜੀ ਆਪ। ਨਹੀਂ, ਸ਼ਤੀਸ਼ ਗੋਇਲ ਡਰੋਪ ਟੈਸਟ ਕਰਦਾ ਹੁੰਦਾ ਸੀਗਾ? ਡਰੋਪ ਟੈਸਟ ਦੂਜੇ ਕਰਦੇ ਜੀ, ਇਹ ਪਰ ਇੱਥੋਂ ਉਹਨੂੰ ਆਪ ਭੇਜ ਦਿੰਦਾ ਵੀ ਜਾ ਮੇਰਾ ਨਾਂ ਲੈ ਕੇ ਜਾ ਕੇ ਕਰਾ ਕੇ ਲਿਆਓ। ਅੱਛਾ, ਡਰੋਪ ਟੈਸਟ ਦੀ ਰਿਪੋਰਟ ਕੌਣ ਦਿੰਦਾ ਸੀਗਾ? ਰਿਪੋਰਟ ਉੱਧਰ ਪਰਲੇ ਪਾਸੋਂ ਮਿਲਦੀ ਹੈ ਜੀ। ਅੱਛਾ, ਫਿਰ ਸ਼ਤੀਸ਼ ਗੋਇਲ ਦਾ ਕੀ ਰੋਲ ਸੀ ਇਹਦੇ ਵਿੱਚ? ਇਹਦਾ ਬਸ ਇਹੀ ਹੈ ਜੀ, ਮਾਰਕ ਕਰਕੇ ਭੇਜ ਦਿੰਦਾ, ਜਿਹੜਾ ਬੰਦਾ ਇਹਨੇ ਰੱਖਿਆ ਆਪਦੇ ਕੋਲ ਉਹਨੂੰ ਭੇਜ ਦਿੰਦਾ ਵੀ ਜਾ ਕੇ ਸਾਹਿਬ ਨੇ ਆਖਿਆ ਵੀ ਡਰੋਪ ਟੈਸਟ ਕਰਾ ਕੇ ਲਿਆ। ਫਿਰ ਕੀ ਹੋਇਆ? ਫਿਰ ਉਦੋਂ ਬਾਅਦ ਮੈਨੂੰ ਪਤਾ ਲੱਗ ਗਿਆ ਜਦੋਂ ਫਿਰ ਇਹਨੇ ਮੇਰੇ 'ਤੇ ਵਾਹਵਾ ਝੜਕਬਾਜ਼ੀ ਜੀ ਕਰੇ ਜੀ ਮੈਨੂੰ, ਅਤੇ ਬਾਅਦ 'ਚ ਫਿਰ ਮੈਨੂੰ ਇਹ ਕਹਿੰਦਾ ਉਹ ਬੰਦੇ ਨੂੰ, ਇਹਨੂੰ ਆਪਾਂ ਰੱਖਣਾ ਨਹੀਂ ਇੱਥੇ। ਮੈਂ ਕਿਹਾ ਜੀ ਮੈਂ ਸਾਰਾ ਗਰੀਬ ਬੰਦਾ ਐਂ ਕਰਦਾ, ਮੈਨੂੰ ਟਾਈਮ ਪਾ ਕਰਨਾ। ਫਿਰ ਮੇਰੀ ਇਹਨੇ ਡਿਊਟੀ TV ਹਸਪਤਾਲ 'ਚ ਲੱਗੀ, TV ਹਸਪਤਾਲ 'ਚ ਮੈਂ ਚੱਲ ਜੀ ਇੱਥੇ ਮੈਂ ਤਾਂ ਕਰਕੇ ਖੋ ਜਾਵਾਂ, ਉੱਥੇ 1 ਮਹੀਨਾ ਡਿਊਟੀ ਕਰੀ, ਫਿਰ ਇੱਧਰ ਬੁਲਾ ਲਿਆ ਮੈਨੂੰ, ਕਹਿੰਦੇ ਉਹ ਮੁੰਡੇ ਨੂੰ ਇੱਧਰ ਬੁਲਾਓ। ਉੱਧਰ ਬੁਲਾਇਆ ਜਦੋਂ 10 ਦਿਨਾਂ ਬਾਅਦ ਫਿਰ ਮੈਨੂੰ ਬੁਲਾ ਲਿਆ, ਕਹਿੰਦਾ ਹਾਂ ਹਾਂ ਤੂੰ ਮੈਨੂੰ ਐਂ ਬਦਨਾਮ ਕਰਦਾ ਸੀ, ਉਹਨੇ 5-5 ਹਜ਼ਾਰ ਲੋਕਾਂ ਤੋਂ ਲੈਂਦਾ, ਅਤੇ ਮੈਂ ਤੈਨੂੰ ਰੱਖਣਾ ਨਹੀਂ ਜਾ ਭੱਜ। ਨਹੀਂ, ਤੇਰੇ ਸਾਹਮਣੇ ਕਿਸੇ ਤੋਂ ਪੈਸੇ ਲਏ ਸੀ ਇਹਨੇ? ਹਾਂ ਜੀ, ਸ਼ਰੇ ਆਮ ਲੈਂਦਾ ਹੀ ਆ ਪੈਸੇ। ਉਹ ਕੌਣ ਲੈਂਦਾ ਸੀ ਪੈਸੇ? ਇਹ ਸ਼ਤੀਸ਼ ਗੋਇਲ ਆਪ ਹੀ ਲੈਂਦਾ ਜੀ। ਅੱਛਾ, ਕਾਹਦੇ ਪੈਸੇ? ਇਹ ਡੋਪ ਟੈਸਟ ਕਰਾਉਣ ਦੇ ਵੀ, ਜੋ ਕੋਈ ਨਸ਼ਾ ਪੱਤਾ ਖਾਂਦਾ ਕੋਈ ਆਉਂਦਾ, ਜਿਹੜਾ ਹੁਣ ਅਗਲੇ ਨੂੰ ਆਪ ਹੀ ਪੁੱਛ ਲੈਂਦਾ ਕੁਛ ਖਾਣਾ ਜਾਂ ਪਹਿਲੇ ਪੁੱਛ ਲੈਂਦਾ ਜਦੋਂ ਅਗਲਾ ਮਾਰਕ ਕਰਾਉਣ ਜਾਂਦਾ। ਹੁਣ ਮੈਂ ਵਾਅਦੇ ਨਾ ਕਰਨਾ ਗਾ, ਜਿੰਨੇ ਇਹਨੇ ਡੋਪ ਟੈਸਟ ਜਦੋਂ ਇਹਦੀ ਡਿਊਟੀ ਆਈ ਸੀ, ਡੋਪ ਟੈਸਟ ਹੋਏ ਆ, ਸਾਰੇ ਬੰਦਿਆਂ ਦੇ ਕਰਵਾ ਕੇ ਦੇਖ ਲੈਣੇ, ਵਾਧੂ ਇਹਦੇ 'ਚ ਜਲ ਹੀ ਆਉਣਗੇ, ਪੈਸੇ ਲੈ ਕੇ ਕਰਵਾਏ ਇਹਨੇ ਆਪ ਨੇ। ਮੇਰੀ ਸਰਕਾਰ ਅੱਗੇ ਬੇਨਤੀ ਹੈ ਅਤੇ ਹੈਲਥ ਡਿਪਾਰਟਮੈਂਟ ਅੱਗੇ ਬੇਨਤੀ ਹੈ ਕਿ ਇਹ ਸਾਰੇ ਦੀ ਤਫਤੀਸ਼ ਕਰਨ, ਵੀ ਇਹ ਜਦੋਂ ਦਾ ਇਹ ਮਾਰਕ ਕਰਦਾ ਸੀ ਵੀ ਇਹਦੇ 'ਚ ਅੱਧੇ ਕੇਸ ਜਲ ਹੀ ਹੋਣਗੇ, ਇਹ ਪੈਸੇ ਲੈ ਕੇ ਕਰਵਾਉਂਦਾ ਸੀ ਜੀ। ਹੁਣ ਤੈਨੂੰ ਕੀ ਸਮੱਸਿਆ ਹੈਗੀ ਆ? ਮੈਨੂੰ ਸਮੱਸਿਆ ਇਹ ਆ ਜੀ, ਮੇਰੀ ਬਸ ਇਹ ਹਾਜ਼ਰੀ ਨਹੀਂ ਲੱਗਣ ਦਿੰਦਾ, ਕਹਿੰਦਾ ਵੀ ਮੈਂ ਤੈਨੂੰ ਰੱਖਣਾ। ਹੁਣ ਤੂੰ ਹਸਪਤਾਲ ਜਾਂਦਾ? ਮੈਂ ਜਾਂਦਾ ਹੁੰਦਾ ਸੀ ਜੀ, ਫਿਰ ਉੱਥੇ ਮੈਨੂੰ, ਹਾਂਜੀ ਜਾਂਦਾ ਸੀ ਜੀ ਮੈਂ, ਅਤੇ ਫਿਰ ਮੈਨੂੰ ਇਹ ਕਹਿੰਦਾ ਵੀ ਉਹਨੂੰ ਸਿਕਿਉਰਟੀ ਗਾਰਡ ਨੂੰ ਕਹਿੰਦਾ ਇਹਨੂੰ ਵੜਨ ਨਹੀਂ ਦੇਣਾ ਇੱਥੇ, ਨਹੀਂ ਆਪਾਂ ਪੁਲਿਸ ਨੂੰ ਫੜਾ ਦਾਂਗੇ। ਅੱਛਾ, ਹੁਣ ਤੇਰੀ ਹਾਜ਼ਰੀ ਡਾਕਟਰ ਆਪ ਲਵਾਉਂਦਾ ਸੀ, ਕੋਈ ਹੋਰ ਲਵਾਉਂਦੇ ਸੀ ਹਾਜ਼ਰੀ? ਨਹੀਂ, ਮੇਰੀ ਦਫ਼ਤਰ 'ਚ ਹਾਜ਼ਰੀ ਲੱਗਦੀ ਸੀ, ਫਿਰ ਉਹ ਦਫ਼ਤਰ ਵਾਲੇ ਉਹ ਕਹਿੰਦੇ ਵੀ ਤੇਰੀ ਅਸੀਂ ਹਾਜ਼ਰੀ ਨਹੀਂ ਲਾਉਂਦੇ, ਸਾਨੂੰ ਸਾਹਿਬ ਨੇ ਆਖਿਆ। ਨਹੀਂ, ਕਿਹੜੇ ਸਾਹਿਬ ਨੇ ਆਖਿਆ? ਇਹ SMO ਸ਼ਤੀਸ਼ ਨਹੀਂ ਆ। ਹੋਰ ਤੂੰ ਫਿਰ ਕਿਸੇ ਡਾਕਟਰ ਨੂੰ, ਕੋਈ ਅਧਿਕਾਰੀ ਨੂੰ ਮਿਲਿਆ ਹਸਪਤਾਲ ਦੇ ਨੂੰ? ਹਾਂ, ਮੈਂ ਇੱਕ ਡਾਕਟਰ ਸਾਹਿਬ ਨੂੰ ਕੋਲ ਕੰਮ ਕਰਦਾ ਸੀ, ਬਲੱਡ ਬੈਂਕ ਦਾ ਉਹ ਡਾਕਟਰ ਹੀ ਹੈ ਜੀ। ਅੱਛਾ, ਅਤੇ ਸਿਵਲ ਸਰਜਨ ਸਾਹਿਬ ਨੂੰ ਕਦੇ ਤੂੰ ਦੱਸੀ ਆਪਦੀ ਸਮੱਸਿਆ? ਉਹਨਾਂ ਨੂੰ ਵੀ ਮੈਂ ਦੱਸਿਆ ਸੀ, ਉਹਨਾਂ ਨੇ ਤਾਂ ਫਿਰ ਵੀ ਇਹਨਾਂ ਨੂੰ ਆਖਿਆ ਚੱਲ ਗਰੀਬ ਬੰਦਾ ਇਹਨੂੰ ਕਰ ਲੈਂਦੇ ਟਾਈਮ ਪਾਸ, ਕਹਿੰਦਾ ਨਾ ਨਾ ਮੈਂ ਨਹੀਂ ਇਹਨੂੰ ਰੱਖਣਾ। ਅੱਛਾ, ਕੌਣ ਸਿਵਲ ਸਰਜਨ ਸਾਹਿਬ ਉੱਥੇ? ਉਹ ਹਰੀ ਨਰਾਇਣ। ਅੱਛਾ, ਡਾਕਟਰ ਹਰੀ ਨਰਾਇਣ। ਤੂੰ ਦੱਸੀ ਕਿ ਇਸ ਤਰ੍ਹਾਂ ਕਰਕੇ ਜੀ ਆਹ ਗੱਲ ਹੈ ਮੇਰੀ ਸਮੱਸਿਆ? ਹਾਂ, ਮੈਂ ਆਖਿਆ ਜੀ ਮੈਂ ਸਰ ਵੀ ਐਂ ਗੱਲ ਇਹ, ਕਹਿੰਦਾ ਵੀ ਤੂੰ 5-5 ਹਜ਼ਾਰ ਲੈ ਕੇ ਵੀ ਮੈਨੂੰ ਬਦਨਾਮ ਕਰੀ ਨਾ। ਇਹ ਸਾਹਿਬ ਨੇ ਵੀ ਗੱਲ ਆਖੀ, ਕਹਿੰਦਾ ਮੈਨੂੰ ਵੀ ਪਤਾ ਵੀ 5-5 ਹਜ਼ਾਰ ਰੁਪਇਆ ਸਾਰਾ ਚੱਲੀ ਜਾਂਦਾ ਉੱਥੇ। ਅੱਛਾ, ਹੁਣ ਤੂੰ ਕੀ ਚਾਹੁੰਦਾ, ਤੇਰੀ ਕੀ ਮੰਗ ਹੈ, ਕੀ ਤੂੰ ਕਹਿਣਾ ਚਾਹੁੰਦਾ ਹੁਣ? ਮੇਰੀ ਤਾਂ ਬਸ ਆਹੀ ਮੰਗ ਹੈ ਜੀ, ਬਸ ਮੈਨੂੰ ਆਪਦੀ ਡਿਊਟੀ 'ਤੇ ਜੁਆਇਨ ਕੀਤਾ ਜਾਵੇ, ਅਤੇ ਇਹਦੇ ਤਫਤੀਸ਼ ਕਰ ਲੈਣ, ਭਾਵੇਂ ਮੈਂ ਜਿਵੇਂ ਗਲਤ ਹੋਵਾਂ ਜਿਵੇਂ ਮਰਜ਼ੀ ਕਰ ਲੈਣ। ਕਾਹਦੀ ਤਫਤੀਸ਼ ਕਰ ਲੈਣ? ਜੇ ਜਿੰਨੇ ਨੇ ਡੋਪ ਜਦੋਂ ਦਾ ਇਹ ਆਇਆ ਮਾਰਕ ਕਰਦਾ ਸੀ, ਡੋਪ ਟੈਸਟ ਹੋਏ ਆ, ਅੱਧੇ ਜਲ ਹੀ ਹੋਣਗੇ ਇਹਦੇ 'ਚ। ਕਿੰਨਾ ਕੁ ਚਿਰ ਹੋ ਗਿਆ ਡਾਕਟਰ ਸਾਹਿਬ ਨੂੰ ਆਏ ਨੂੰ ਇੱਥੇ, ਸ਼ਤੀਸ਼ ਗੋਇਲ ਜੀ ਨੂੰ?
ਇਹਨੂੰ ਹੋ ਗਿਆ ਜੀ ਦੋ ਡੂਢ ਸਾਲ ਹੋ ਗਏ, ਪਹਿਲਾਂ ਇੱਕ ਐਸ ਐਮ ਸਾਹਿਬ ਹੋਰ ਕਾਬਲੇ ਸੀ ਜੀ ਉਹਨਾਂ ਪਿਤਾ ਨੇ ਪੰਜਾਬ ਤੋਂ। ਅੱਛਾ, ਉਹਦਾ ਵਿਚਾਰੇ ਵੀ ਹੈਂਡੀਕੈਪਟ ਸੀ ਜੀ। ਅੱਛਾ, ਕਿੰਨੇ ਬੱਚੇ ਤੇਰੇ ਹੈਗੇ ਆ? ਮੇਰਾ ਦੋ ਆ ਜੀ ਮੁੰਡਾ। ਹੁਣ ਤੂੰ ਹੋਸਪਿਟਲ ਨਹੀਂ ਜਾਂਦਾ? ਹਾਂ, ਫਿਰ ਇਹਨਾਂ ਨੇ ਮੈਨੂੰ ਰੋਕਤਾ ਜੀ ਵੀ ਇੱਥੇ ਆਉਣਾ ਨਹੀਂ। ਅੱਛਾ, ਠੀਕ ਹੈ। ਮੈਂ ਐਸ ਐਮ ਤੋਂ ਸ਼ਤੀਸ਼ ਗੋਇਲ ਤੋਂ ਬਹੁਤ ਪਰੇਸ਼ਾਨ ਹਾਂ, ਜੇ ਵੀ ਕੋਈ ਮੇਰੀ ਕੋਈ ਵੀ ਹਮੀ ਰਮੀ ਨੁਕਸਾਨ ਹੁੰਦਾ ਤਾਂ ਇਸ ਦਮ ਜ਼ਿੰਮੇਦਾਰ ਇਹ ਸ਼ਤੀਸ਼ ਗੋਇਲ ਹੀ ਹੈ। ਮੈਂ ਹੁਣ ਹਸਪਤਾਲ ਜਾਂਦਾ ਸੀ ਤਾਂ ਇਹਨੇ ਸਿਕਿਉਰਿਟੀ ਵਾਲੇ ਨੂੰ ਆਖਿਆ ਜੇ ਇੱਥੇ ਆਇਆ ਤੈਨੂੰ ਪੁਲਿਸ ਨੂੰ ਫੜਾ ਦਾਂਗੇ। ਮੈਂ ਇਹੀ ਗੱਲ ਕਹਿੰਦਾ ਸਰਕਾਰ ਨੂੰ, ਹਸਪਤਾਲ ਵਾਲਿਆਂ ਨੂੰ ਅਤੇ ਸੀ ਬੀ ਆਈ ਨੂੰ ਵੀ ਇਸ ਜਿੰਨੇ ਨੇ ਡੋਪ ਟੈਸਟ ਕਰਿਆ ਇਹਦੀ ਤਫਤੀਸ਼ ਕੀਤੀ ਜਾਵੇ।